ਇੰਨੀ ਹੇਟ ਨਾਲ ਭਰੀ ਪਈ ਆ ਦੁਨੀਆ ਆ ਫਰਸਟ੍ਰੇਟ ਜੋ ਨਾ ਜਾਗਦਾ ਨਾ ਹੋਵੇ ਕੰਪੀਟ ਜਿੰਨਾ ਤੋਂ ਤੈਨੂੰ ਫਰਸਟ੍ਰੇਟ ਹੋ ਕੇ ਮਰਵਾਉਣਾ ਚਾਹੁੰਦੇ ਨੇ ਜਹਾਨੋਂ ਤੁਰੇ ਯਾਰ ਪਰ ਦਿਲਾਂ ਵਿੱਚ ਬੌਂਡ ਪਏ ਸਿੱਧੂ ਦੇ ਜਾਣ ਤੋਂ ਬਾਅਦ ਉਹਨਾਂ ਦੇ ਪਿਤਾ ਬਲਕੌਰ ਸਿੰਘ ਦੇ ਬਹੁਤ ਵਾਰੀ ਬਿਆਨ ਆਏ ਜਿਸ ਵਿੱਚ ਉਹ ਕਹਿ ਰਹੇ ਨੇ ਕਿ ਸਾਡੀ ਤਾਂ ਕਿਸੇ ਨਾਲ ਇੰਨੀ ਦੁਸ਼ਮਣੀ ਹੈ ਹੀ ਨਹੀਂ ਸੀ ਅਸੀਂ ਤਾਂ ਸੱਚੇ ਸੀ ਇਸ ਕਰਕੇ ਮੇਰਾ ਪੁੱਤ ਬੇਫਿਕਰ ਹੋ ਕੇ ਘੁੰਮਦਾ ਸੀ ਬਿਨਾਂ ਕਿਸੇ ਡਰ ਦੇ ਅਤੇ ਇਹੀ ਗੱਲਾਂ ਤਰਸੇਮ ਜੱਸੜ ਨੇ ਘੱਟ ਸ਼ਬਦਾਂ ਦੇ ਵਿੱਚ ਆਪਣੇ ਗੀਤ ਐਨਿਗਮਾ ਦੇ ਵਿੱਚ ਸੁਣਾ ਦਿੱਤੀਆਂ ਸੱਚਿਆਂ ਨੂੰ ਖਤਰ ਤੇ ਸਰਾਂ ਤੇ ਨੇ ਕਾਲ ਸਿੱਧੂ ਨੇ ਇੰਟਰਵਿਊ ਦੌਰਾਨ ਇੱਕ ਗੱਲ ਬੋਲੀ ਸੀ ਤੇ ਸੌਣ ਸੌਣ ਦਾ ਟਾਈਮ ਥੋੜੀ ਹੈ ਉਦੋਂ ਬਾਅਦ ਸੌਣ ਤੀ ਆ ਜਦੋਂ ਮਰ ਜਾਂਦਾ ਬੰਦਾ ਸੌਂਦਾ ਹੀ ਹੈ ਅੱਛਾ ਸੌਣ ਥੋੜੀ ਹੈ ਇੱਥੇ ਕਰਨ ਆਏ ਕੋਈ ਨਾ ਕੁਛ ਕਰੀ ਜਾਂਦੇ ਸੌਣ ਦੀ ਸਾਰੀ ਜ਼ਿੰਦਗੀ ਪਈ ਆ ਇਦਾਂ ਦਾ ਕੁਝ ਹੀ ਤਰਸੇਮ ਜੱਸੜ ਨੇ ਆਪਣੇ ਗੀਤ ਵਿੱਚ ਬੋਲਿਆ ਹੈ ਸਾਡੀ ਕਿੱਥੇ ਆਵ 24/7 ਲਿਖਾਂਗਾ ਨੀ ਹੱਲ ਦੀ ਹਸਲ ਅਜੇ ਸੌਂ ਕੇ ਫੇਰ ਦੇਖਾਂਗਾ ਨੀ ਇੰਡਸਟਰੀ ਦੇ ਬੰਦਿਆਂ ਨਾਲ ਸਿੱਧੂ ਦੀ ਵੀ ਕਦੇ ਨਹੀਂ ਬਣੀ ਇਸ ਲਈ ਹੀ ਉਹਨੇ ਕਿਹਾ ਸੀ ਫੱਕ ਆਫ ਗੋ ਟੂ ਹੈਲ ਮੈਂ ਇੰਡਸਟਰੀ ਦਾ ਬੰਦਾ ਨਹੀਂ ਉਦਾਂ ਹੀ ਤਰਸੇਮ ਜੱਸੜ ਦੀ ਅੱਖਾਂ ਵਿੱਚ 2-4 ਕਲਾਕਾਰ ਰੜਕ ਰਹੇ ਨੇ ਜੋ ਕਿ ਇਸ ਟਾਈਮ ਪੂਰੇ ਹਿੱਟ ਨੇ 2-4 ਥੱਲੇ ਇੰਡਸਟਰੀ 'ਚ ਚੱਲੇ ਹਾਲਦੇ ਨੇ ਜੁੱਤੀਆਂ ਤੇ ਛੱਤਰਾਂ ਦੇ ਯਾਰ ਡੱਕ ਗਿਆ ਪਤਾ ਕਿ ਤੂੰ ਕੀ ਕਰਦਾ ਕੌਣ ਹੋ ਸਕਦੇ ਨੇ ਉਹ 2-4 ਫੁਕਰੇ ਕਲਾਕਾਰ ਕਮੈਂਟ ਕਰਕੇ ਜ਼ਰੂਰ ਦੱਸਿਓ ਫੁਕਰੇ ਜਿਹੜੇ ਅਸੀਂ ਉਹ ਕਲਾਕਾਰ ਹੈ